ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ ਅਸੀਂ ਪਰਮਿੰਦਰ ਸਿੰਘ ਦੇ ਘਰ ਆਏ ਹਾਂ, ਉਹਨਾਂ ਦੇ ਗ੍ਰਹਿ ਵਿੱਚ ਸਤਿਗੁਰੂ ਨੇ ਕਿਰਪਾ ਕੀਤੀ ਹੈ, ਬੱਚੀ ਦਾ ਜਨਮ ਹੋਇਆ। ਅਸੀਂ ਜੋ ਪਰੰਪਰਾ ਜਿਸ ਤਰ੍ਹਾਂ ਚਲੀ ਆਈ ਹੈ ਉਹਨਾਂ ਨੂੰ ਅੰਮ੍ਰਿਤ ਛਕਾਉਣਾ, ਅਤੇ ਇੱਕ ਮਤਭੇਦ ਵੀ ਹੈ ਕਿ ਸਾਰੇ ਕਹਿੰਦੇ ਇਹ ਪ੍ਰੋਪਰ ਅੰਮ੍ਰਿਤ ਹੈ, ਇਹ ਪ੍ਰੋਪਰ ਅੰਮ੍ਰਿਤ ਨਹੀਂ ਹੁੰਦਾ, ਇਹ ਸਿਰਫ ਬੱਚੀ ਵਾਸਤੇ ਆਸ਼ੀਰਵਾਦ ਹੈ। ਅਤੇ ਅਸੀਂ ਇਹਦੇ ਜਪਜੀ ਸਾਹਿਬ ਦਾ ਸਿਰਫ ਪਾਠ ਕਰਾਂਗੇ ਜਾਂ ਚੌਕੀ ਸਾਹਿਬ ਦਾ ਪਾਠ ਕਰਾਂਗੇ, ਅਤੇ ਨਾਲ ਅਰਦਾਸ ਕਰਾਂਗੇ ਕਿ ਸੱਚੇ ਪਾਤਸ਼ਾਹ ਇਹ ਬੱਚੇ ਨੂੰ ਦੇਹ ਰੋਗਤਾ ਬਖਸ਼ਣ, ਤੰਦਰੁਸਤ ਰੱਖਣ, ਨਾਲੇ ਪਰਿਵਾਰ 'ਚ ਖੁਸ਼ਹਾਲੀ ਬਣੀ ਰਹੇ, ਅਤੇ ਨਾਲੇ ਬੀਬੀ ਜੀ ਨੂੰ ਅੱਜ ਤੋਂ ਚੌਕੇ ਵਿੱਚ ਜਾਣ ਦੀ ਇਜਾਜ਼ਤ ਹੋਵੇਗੀ ਅਤੇ ਅਰਦਾਸ ਹੋਵੇਗੀ ਕਿ ਉਹ ਚੌਕੇ ਚੜ੍ਹ ਜਾਣ ਵਾਸਤੇ। ਅਤੇ ਇਹੀ ਅੰਮ੍ਰਿਤ ਹੁੰਦਾ, ਅਤੇ ਇਹ ਪੂਰਾ ਅੰਮ੍ਰਿਤ ਪਰਬਣ ਨਹੀਂ ਹੁੰਦਾ। ਪ੍ਰੋਪਰ ਅੰਮ੍ਰਿਤ ਕਰਨ ਵਾਸਤੇ ਸਿੱਖ ਧਰਮ ਵਿੱਚ ਪੰਜ ਪਿਆਰੇ ਤਿਆਰ ਜ਼ਰੂਰ ਨੇ, ਅਤੇ ਪੰਜ ਪਿਆਰੇ ਉਹ ਹੋਣ ਜਿਹੜੇ ਨਿਤਨੇਮ ਹੀ ਹੋਣ, ਪੰਜ ਬਾਣੀਆਂ ਦੇ ਧਾਰਨੀ ਹੋਣ, ਬਾਣੀ ਬਾਣੇ ਦੇ ਧਾਰਨੀ ਹੋਣ ਪੂਰੇ ਪੱਕੇ, ਉਹ ਅੰਮ੍ਰਿਤ ਤਿਆਰ ਕਰ ਸਕਦੇ ਆ। ਇਕੱਲਾ ਗ੍ਰੰਥੀ ਜਾਂ ਕੋਈ ਇਕੱਲਾ ਸੰਗ ਅੰਮ੍ਰਿਤ ਤਿਆਰ ਨਹੀਂ ਕਰ ਸਕਦਾ, ਇਹ ਅੰਮ੍ਰਿਤ ਨਹੀਂ ਹੈ, ਇਹ ਤਾਂ ਸਿਰਫ ਆਸ਼ੀਰਵਾਦ ਹੈ ਕਿ ਅਸੀਂ ਇਹਦੇ 'ਚ ਪਤਾਸੇ ਪਾ ਕੇ ਜਾਂ ਫੁੱਲ ਪਾ ਕੇ, ਅਤੇ ਇਹਨੂੰ ਇੱਕ ਬਾਣੀ ਜਾਂ ਦੋ ਬਾਣੀ ਜਿਸ ਤਰ੍ਹਾਂ ਪੜ੍ਹ ਕੇ ਅਰਦਾਸ ਕਰਕੇ ਇਹਨੂੰ ਬੱਚੀ ਨੂੰ ਸਿਖਾ ਦਾਂਗੇ, ਅਤੇ ਪਰਿਵਾਰ ਨੂੰ ਥੋੜ੍ਹਾ ਥੋੜ੍ਹਾ ਸਿਖਾ ਦਾਂਗੇ, ਅਤੇ ਜਿਸ ਤਰ੍ਹਾਂ ਸੁਚਮਤਾ ਹੋ ਜਾਏਗੀ ਪਰਿਵਾਰ ਦੀ। ਗੁਰੂ ਕਿਰਪਾ ਕਰੇ, ਸੁੱਚਾ ਤਾਂ ਕੋਈ ਨਹੀਂ ਹੁੰਦਾ, ਸੋਚਿਆ ਸੋਚਣਾ ਹੋਵੇ ਜੇ ਸੋਚੀ ਲਿਖਵਾਰ, ਅਤੇ ਸਤਿਗੁਰੂ ਦੀ ਕਿਰਪਾ ਕਰਨ ਇਹੀ ਮਰਿਆਦਾ ਹੈਗੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਕਰਤਾ ਪੁਰਖ ਪਉ ਨਿਰਵੈਰ ਅਕਾਲ ਮੂਰਤਿ ਜੁਨੀ ਸ਼ਰਨ ਗੁਰ ਪ੍ਰਸਾਦ ਇੱਕ ਓਂਕਾਰ। ਸਤਨਾਮ ਕਰਤਾ ਪੁਰਖ ਪਉ ਨਿਰਵੈਰ ਅਕਾਲ ਮੂਰਤਿ ਜੁਨੀ ਸ਼ਰਨ ਗੁਰ ਪ੍ਰਸਾਦ ਇੱਕ ਓਂਕਾਰ। ਸਤਨਾਮ ਕਰਤਾ ਪੁਰਖ ਪਉ ਨਿਰਵੈਰ ਅਕਾਲ ਮੂਰਤਿ ਜੁਨੀ ਸ਼ਰਨ ਗੁਰ ਪ੍ਰਸਾਦ ਇੱਕ ਓਂਕਾਰ। ਸਤਨਾਮ ਕਰਤਾ ਪੁਰਖ ਪਉ ਨਿਰਵੈਰ ਅਕਾਲ ਮੂਰਤਿ ਜੁਨੀ ਸ਼ਰਨ ਗੁਰ ਪ੍ਰਸਾਦ ਇੱਕ ਓਂਕਾਰ। ਸਤਨਾਮ ਕਰਤਾ ਪੁਰਖ ਪਉ ਨਿਰਵੈਰ ਅਕਾਲ ਮੂਰਤਿ ਜੁਨੀ ਸ਼ਰਨ ਗੁਰ ਪ੍ਰਸਾਦ ਵਾਹਿਗੁਰੂ 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 ਜੀਓ। ਇੱਕ ਓਂਕਾਰ। ਸਤਨਾਮ ਕਰਤਾ ਪੁਰਖ ਪਉ ਨਿਰਵੈਰ ਅਕਾਲ ਮੂਰਤਿ ਜੁਨੀ ਸ਼ਰਨ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚਿਆ ਸੋਚਣਾ ਹੋਵੇ ਜੇ ਸੋਚਣ ਲਖਵਾਰ ਚੁੱਪਿਆ ਚੁੱਕਣਾ ਹੋਵੇ ਜੇ ਲਾਹਿਰਾਂ ਵਿੱਚ ਤਰ ਪੁੱਕਿਆਂ ਪੁੱਟਣਾ ਉਤਲੀਏ ਵੰਨਾਂ ਭਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਮੈਂ ਚੱਲਣ ਨਾਲ ਕੁਛ ਚਾਰਾ ਹੋਈ ਹੈ ਕਿ ਕੂੜਾ ਚੁੱਟਾ ਪਾਲ ਹੁਕਮ ਜਾਈ ਚਲਣਾ ਨਾਨਕ ਚੁੱਕਿਆ ਨਾਲ ਹੁਕਮੇ ਅਵਨ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੇ ਅਵਨ ਜੀ ਹੁਕਮ ਦਾ ਵਡਿਆਈ ਹੁਕਮੇ ਤਮ ਨਹੀਂ ਚੁੱਕਾ ਮੈਂ ਲਿਖ ਦੁੱਖ ਸੁੱਖ ਪਾਈਆਂ ਇੱਕ ਨਾ ਹੁਕਮੇ ਵਸੇ ਇਸੇ ਹੁਕਮ ਸਦਾ ਪਵਾਈਆਂ ਹੁਕਮੈਂਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਮੈਂ ਜੇ ਵਜੇ ਤਾਂ ਮੈਂ ਕਹਿ ਨਾ ਕੋਏ ਗਾਵੇ ਕੋਈ ਤਾਂ ਹੋ ਗਿਆ ਤੁਸੀਂ ਕੰਮ ਜਾਵੇ ਕੋਈ ਦਾਹ ਜਾਣੇ ਨਿਸ਼ਾਨ ਗਾਵੇ ਕੋਈ ਗੁਣ ਵਡਿਆਈਆਂ ਚਾਰ ਗਾਵੇ ਕੋਈ ਵਿਦਿਆ ਰੁਖਾਂ ਵਿੱਚ ਚਾਰ ਗਾਵੇ ਕੋਈ ਸਾਹ ਕਰੇ ਤਨਖੇ ਗਾਵੇ ਕੋਈ ਜੀਲਾ ਕਰਦੇ ਗਾਵੇ ਕੋਈ ਜਾ ਕੇ ਦੇਸਾ ਨੂੰ ਗਾਵੇ ਕੋਈ ਵੇਖੇ ਹਰ ਨਾਮ ਨੂਰ ਕਰਨਾ ਕਰ ਦਿਨਾ ਆਲਾ ਕੋਟ ਕਰਤ ਕਰਤ ਕਰਨੀ ਕੋਟੀ ਕੋਟ ਕੋਟ ਦਿੰਦਾ ਦਿੰਦਾ ਨਿਤ ਪਾਣ ਜੁਗਾਜੋਂ ਚਟਾਈ ਖਾਣ ਹੁਕਮੇ ਹੁਕਮ ਚਲਾਏ ਰਾ ਨਾਨਕ ਵਿਖ ਸਾਹਿਬ ਪ੍ਰਵਾਹ ਸਾਚਾ ਸਾਹਿਬ ਸਾਖਣਾ ਭਾਖਿਆ ਪਾਉ ਪਾਰ ਆਖੇ ਮੰਨੇ ਦੇ ਦੇ ਦਾਤਰੇ ਦਾਤਾ ਫੇਰ ਕੇ ਅੱਗੇ ਰੱਖੀਏ ਜਿਤ ਦਿਸੇ ਦਰਬਾਰ ਮੋਹ ਕੇ ਬੋਲਣ ਬੋਲੀਏ ਜਿਸ ਤੁਮ ਕਰੇ ਪਿਆਰਾ ਮੁਕਤੇ ਦਾ ਸੁਖਨਾ ਵਡਿਆਈ ਵਿਚਾਰ ਕਰਨੇ ਵਾਲਾ ਪੱਥਰ ਦੂਜੇ ਨਾ ਦੁਆਰ ਨਾਨਕ ਇਹ ਜਾਣੀਏ ਸਵਾ ਕੇ ਸੱਚਾ ਅਰਥਾ ਤੇ ਅੰਦਾਜ਼ ਕੀਤਾ ਨਾ ਹੋਇਆ ਪਿਆਰ ਸੋਏ ਜਿਨ ਸੇਵਾ ਤਿਨ ਪਾਇਆ ਮਾਨ ਨਾਨਕ ਗਾਵੇ ਗੁਣੇ ਧਾਨ ਗਾਵੀਏ ਸੁਣਿਆ ਮਨ ਰੱਖੀਏ ਪਾਓ ਦੁੱਖ ਹਰ ਸੁਖ ਨਾ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਆਸ ਮਾਈ ਗੁਰੂ ਸਤ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਦੇ ਜਾਣਾ ਆਖਾਂ ਨਾਹੀ ਕਹਿਣਾ ਕਥ ਨਾ ਜਾਈ ਗੁਰਾਜ ਦੇ ਬੁਜਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਗੁਰਾਇਕ ਦੇ ਬੁਜਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਘਾਵੋ ਆਪ ਹਾਦੈ ਮੋਹ ਬਚਾਵ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅਛਾਨਕ ਕਰਦੈ ਕਰੀਐ ਸਰਦਾਰਨ ਕੁਵਾਰ ਸੰਗਰੀਐ ਪੂਰਨ ਹੋਇਆ ਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਮੈਂ ਛਾਟ ਕੋਈ ਔਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰੀਆਂ ਚਿੰਨ ਤਿੰਨ ਸਤਰਾ ਮਾਰੇ ਮਾਰੀਆਂ ਆਪ ਹਾਦੈ ਮਜੈ ਉਭਰੀਐ ਮਨ ਕਾਲ ਕਾ ਤ੍ਰਾਸ ਮੁੜੀਐ ਸੁਦਾ ਮਾਰੇ ਪੱਛਾ ਸੀਆ ਦੂਜੋ ਕਰੇ ਔਰ ਅੱਛਾ ਰਾਖ ਲਿਆਓ ਮੋਇ ਰਾਖਨ ਹਾਰੇ ਸਾਹਿਬ ਸੰਸਾਰ ਪਿਆਰੇ ਦੀਨ ਵਰਨ ਸੰਤੇ ਅੰਤਾ ਮਹਾਂਪੁਰੀ ਚਤੁਰਦ ਸੰਤਾ ਕਾਲ ਪਾਏ ਬ੍ਰਹਮਾ ਬਖਰਾ ਕਾਲ ਪਾਏ ਸਿਰ ਜੋਤਰਾ ਕਾਲ ਪਾਏ ਕਰਵੇ ਸੰਤ ਪ੍ਰਕਾਸ਼ ਆ ਸ਼ਕਲ ਕਾਲ ਕਾ ਕੀ ਆਤਮਾਸਾ ਜਗਨ ਕਾਲ ਜੋਗੀ ਸਿਵ ਕੀਓ ਵੇਦਰਾਜ ਬ੍ਰਹਮਾ ਜੋ ਕੀਓ
जगन काल सो लोग सवारा नमस्कार है ताने मारा जगन काल सो जगत बनायो देव दैव जित समझ जायो आदम को कह तारा सो गुरु समझो हमारा नमस्कार ते सही को हमारी सकल प्रजा जिन आप सवारी सेवकन को शिव गुण सुख दियो सतरण को पल मोहद कियो घट घट के अंतर की जानत भले बुरे की पीर पछानत चेटी ते कुंचर अस्थूला सब पर कृपा दृष्ट कर फूला संतन दुख पाए ते दुखी सुख पाए साधु के सुखी एक एक की पीर पछाने घट घट के पट पट की जाने जब उदकर करा कर तारा प्रजा कर तब दे अपारा जब करत कर थो तबू तुम न मिलत दे तर सब जेते बदन श्रेष्ठ सवतार है आप अपने बोझ उचार है तुम सभी ते रहत निरालम जानत वेद के अरे आलम निरंकार निर्विकार निर्णाम निरनाद संभ ਤਾਂ ਕਾ ਮੂੜ ਚਾਰਕ ਭੇਦਾ ਜਾਂ ਕੋ ਕੇਵਲ ਪਾਰਕ ਭੇਦਾ ਤਾਂ ਕਉ ਕਿਰਪਾ ਹਨਨ ਮਾਨਤ ਮਾਂ ਮੂੜ ਤੱਕ ਭੇਦ ਨ ਜਾਣਤ ਮਹਾਂਦੇਵ ਕੋ ਕਹਿਤ ਸਦਾ ਸੁਨਣ ਅੰਕਾਰ ਕਾ ਚਿੰਨ ਨ ਪੈ ਆਪ ਆਪਣੀ ਬਧ ਹੈ ਜੇਤੀ ਵਰਨ ਭਿੰਨ ਭਿੰਨ ਤੋਂ ਤੇ ਤੇ ਤੁਮਰਾ ਰਖਾ ਨ ਜਾਏ ਪਸਾਰਾ ਕਹੇ ਵਿਦ ਸਜਾ ਪ੍ਰਥਮ ਸੰਸਾਰਾ ਏ ਕੈ ਰੂਪ ਅਨੂਪ ਸਰੂਪ ਰੰਗ ਪਇਓ ਰਾਵ ਕਹੀਂ ਭੋਪਾ ਅੰਡਜ ਜੇ ਰਸੇ ਤਜ ਕੀਨੇ ਅਸ ਕੋ ਬਖਾਨ ਬਹੁ ਰਚਨੀ कहूँ कुलरा जहाँ बर बैठा कहूँ समर्थ वायु शंकर कैठा सगरे सृष्ट लिखाए चंबव आदिवार सरुप से अंबव अब रक्षा मेरी तुम करो से कुबार से समझो दुष्ट जिते अकबत पापा शकल मरे करो अंकापा जया जो तब सरणी परे तिनके दुष्ट दुख कर मरे तो जनको परे ते हारे तिनके तुम शंकर सरकारे जो कल को एक बार तय है ताँके काल निकटनीय है रक्षा होए ताहे सब काला दुष्ट तने तत्काला कृपा दे तम जाए न हरो ताके ताप तनक मोह हरि हो वेद सिद्ध कर्म सब होई दुष्ट छाट चुह सके न कोई एक बार जिन तुम्हें संभारा काल पास ते ताहे बारा जिन नर नाम त्यारो कहा दारिद दुष्ट दुख ते रहा खड़ग ते तुम्हें शरण तिहारी आप हाथ लो बारी सर्व ठोर मोह साई दुष्ट दोग ते हो बचाई खड़ग के तुम्हें शरण तिहारी आप हाथ दले हो बारी सर्व ठोर मोहो सहाई दुष्ट दोग ते हो बचाई सवैया पाए गए जब ते तुमरे तब ते को आर करे नहीं आने हो राम रहीम कुरान कुरान अनेक कहे मत एक न माने हो ਸਿਮਰਤ ਸ਼ਾਸਤਰ ਵੇਦ ਸਵੈ ਬਹੁ ਭੇਦ ਕਹੈ ਅਨੇਕ ਨਾ ਜਾਣੇ ਹੋ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਕੋਇ ਬਖਾਨਿਓ ਬਰਾ ਸਰਵ ਦੁਆਰ ਕਉ ਛਾਡ ਕਹਿ ਗਹਿਓ ਤੁਹਾਰੋ ਦੁਆਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗੀਆਂ ਆਈਆਂ ਬੁਰੇ ਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੇ ਜਲੇ ਕੇਤੀ ਛੱਤੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੇ ਉਜਲੇ ਛੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਹਾਡੇ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਮੇਰਾ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਗੁਰਤੀ ਸਮਰਤ ਹੈ ਗੁਰੂ ਨਾਨਕ ਲਾਈ ਪਿਆਰੇ ਕੇ ਅੰਦਰ ਗੁਰਤੇ ਮੁਰਦਾਸ ਰਾਮਦਾਸ ਹੋਣ ਸਹਾਏ ਅਰਜੁਨ ਹਰ ਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਬਦ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਨਕ ਆਵਰ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਗੌਰ ਆਤਮਿਕ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਜੀ ਦਾ ਧਿਆਨ ਧੱਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਥੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੇ
देख के निश्चिता तना प्यारियां सच्यारियां दी पवित्र कुमारी दा ध्यान करके खालसा जी बोलो जी वाहिगुरु। जिन्हां सिंघां सिंघणियां ने धर्म हेत शीस दुते बंद बंद कटाए खोपड़ियां लवाईयां चखड़ियां ते चढ़े तन आरियां नाल चराए गुरद्वारियां दी सेवा संभाली कुरबानियां कीतियां धर्म नहीं हारिया सिक्खी पेशां सुभाषां नाल निभाए। तिना दे पवित्र कुमारी दा ध्यान करके खालसा जी बोलो जी वाहिगुरु। ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਜੀ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖੇ ਆ ਰਿਹਾ ਦੇਵ ਤੇਗ ਫਤਿਹ। ਗ੍ਰੰਥ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਵੋਂਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਾ ਕਾਰਜੀਓ। ਸ਼੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤੇ ਸੰਗਦਾਰ ਅਤੇ ਸੇਵਾ ਸੰਭਾਲ ਨਾਮ ਖਾਲਸਾ ਜੀ ਨੂੰ ਦੱਸੋ। ਹੇ ਨਿਮਾਣਿਆਂ ਦੇ ਮਾਣ ਗੁਰੂ ਨਿਤਾਣਿਆਂ ਦੇ ਤਾਣ ਗੁਰੂ ਨੇਵਤਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਆਪ ਜੀ ਨੂੰ ਹਾਜ਼ਰ ਨਾਲੇ ਜਾਣ ਕੇ ਆਪ ਜੀ ਦੇ ਚਰਣਾ ਕਮਲਾਂ ਵਿਖੇ ਦੋ ਹੱਥ ਜੋੜ ਅਰਦਾਸ ਬੇਨਤੀ ਜੋੜਦੇ ਸਤਿਗੁਰੂ ਜੀ ਆਪ ਜੀ ਦਾ ਮੁੱਖ ਵਾਕ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏ ਕਰ ਨਾਮ ਦੇ ਮੇਰਾ ਮਨ ਤਨ ਸੀਤਲ ਹੋ ਜੀ ਦੇ ਮਾਲਕ ਅਨੁਸਾਰ ਆਪ ਜੀ ਨੇ ਸੇਵਕ ਪਰਿਵਾਰ ਨੂੰ ਸੁਭਾਗਾ ਸਮਾਓ ਸਹਿ ਸਤਿਗੁਰੂ ਜੀ ਆਪ ਜੀ ਦੇ ਦਫ਼ਤਰ ਦੇ ਕੀਰਤਵਾਨ ਸਰਦਾਰ ਬਲਵੀਰ ਸਿੰਘ ਦੇ ਪਰਿਵਾਰ ਨੂੰ ਸਤਿਗੁਰੂ ਜੀ ਤਿਨਾਂ ਦੇ ਸਪੁੱਤਰ ਪਰਮਿੰਦਰ ਸਿੰਘ ਜੀ ਨੂੰ ਬੇਬੀ ਸਰਬਜੀਤ ਕੌਰ ਨੇ ਸੱਚੇ ਪਾਤਸ਼ਾਹ ਜੀ ਨੇ ਬੱਚੀ ਦੀ ਦਾਤ ਬਖਸ਼ਿਸ਼ ਕੀਤੀ ਹੈ ਸਤਿਗੁਰੂ ਜੀ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ। ਆਪ ਜੀ ਦੇ ਚਰਨ ਪਸਦੇ ਹਾਂ ਸੇਵਾ ਕਰਦੇ ਹਾਂ ਸੇਵਕ ਪਰਿਵਾਰ ਨੇ ਆਪਣੇ ਗ੍ਰਹਿ ਰੱਖੇ ਸਤਿਗੁਰੂ ਜੀ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਖ ਸਦਕੇ ਹਾਜ਼ਰ ਕੀਤੀ ਹੈ ਸਤਿਗੁਰੂ ਜੀ ਸੇਵਕ ਪਰਿਵਾਰ ਵੱਲੋਂ ਸਤਿਗੁਰੂ ਜੀ ਬੇਅੰਤ ਬੇਅੰਤ ਮਾਇਆ ਅਰਦਾਸ ਭੇਟਾ ਸੇਵਾ ਜਿਹੜਾ ਸਤਿਗੁਰੂ ਜੀ ਸਮੂਹ ਸੰਗਤਾਂ ਦਾ ਸਰਿਆ ਨੇ ਰਲ ਮਿਲ ਕੇ ਜਪਜੀ ਸਾਹਿਬ ਜੀ ਦੀ ਪੰਜ ਬਾਣ ਪੌੜੀਆਂ ਦੇ ਪਾਠ ਚੌਪੜ ਸਾਹਿਬ ਜੀ ਦੀ ਬਾਣੀ ਦੇ ਜਾਪ ਕੀਤੇ ਹਨ। ਸਤਿਗੁਰੂ ਜੀ ਬਾਣੀ ਪੜ੍ਹਦਿਆਂ ਹੋਇਆਂ ਸਤਿਗੁਰੂ ਜੀ ਜਲਦੀ ਸੇਵਾ ਤਿਆਰ ਕੀਤੀ ਹੈ। ਸਤਿਗੁਰੂ ਜੀ ਪਰਿਵਾਰ ਨੂੰ ਸ਼ੁਕਾਮ ਦੀ ਆਗਿਆ ਬਖਸ਼ਿਸ਼ ਕਰੋ ਬੇਨਤੀ ਪ੍ਰਵਾਨ ਕਰਨੀ ਬੱਚੀ ਦੇ ਸਿਰ 'ਤੇ ਮਿਹਰਾਂ ਪ੍ਰਿਆਤ ਰੱਖਣਾ ਪੂਰਨ ਦੇਹ ਅਰੋਗਤਾ ਦੀ ਦਾਤ ਲੰਬੀਆਂ ਉਮਰਾਂ ਵਿਦਿਆ ਦੀ ਦਾਤ ਮਾਤਾ ਪਿਤਾ ਦੇ ਆਗੇ ਕਾਰ ਦੇ ਸਕਾਉਣ ਦੇ ਸੇਵਾਦਾਰ ਬਣਾਉਣਾ। ਸਤਿਗੁਰੂ ਜੀ ਸੇਵਕ ਪਰਿਵਾਰ ਦੇ ਜਿਨ੍ਹਾਂ ਜਿਨ੍ਹਾਂ ਖਜ਼ਾਨਿਆਂ ਰਸਦਾਂ ਵਰਦਾਂ ਨੇ ਸੇਵਾ ਹੋ ਇਸੇ ਖਜ਼ਾਨੇ ਭਰਪੂਰ ਕਰਨੇ ਕਾਲ ਕੰਡਕ ਦੂਰ ਕਰਨੇ ਕਿਰਤਮਾਂ ਚਵਾ ਦੇ ਕਾਰੋਬਾਰਾਂ 'ਚ ਬਰਕਤਾਂ ਤਰੱਕੀਆਂ ਘਰ ਵਿੱਚ ਸੁੱਖ ਸ਼ਾਂਤੀ ਪੂਰਨ ਦੇਹ ਅਰੋਗਤਾ ਦੀ ਦਾਤ ਆਪਸੀ ਮਿਹਰ ਮਿਲਾਪ ਵਰਤਾ ਰੱਖੀਆਂ ਪਰਸਪਰ ਪਿਆਰ ਸੱਚਾ ਸੁੱਚਾ ਪਿਆਰ ਬਖਸ਼ਣਾ। ਸਤਿਗੁਰੂ ਜੀ ਬੱਚੀ ਦੇ ਸਿਰ 'ਤੇ ਮਿਹਰਾਂ ਪ੍ਰਿਆਪਤ ਰੱਖ ਕੇ ਸਤਿਗੁਰੂ ਜੀ ਕਰੋ ਕਿਰਪਾ ਦੇਵ ਅਸੀਸਾਂ ਪੂਤਾ ਮਾਤਾ ਕੀ ਆਸੀਸ ਨਿਮਕ ਨਾ ਵਿਸਰਾਉਣ ਤੁਮ ਕਹੋ ਹਰ ਹਰ ਸਦਾ ਵਜੋਂ ਜਗਦੀ। ਸਤਿਗੁਰੂ ਜੀ ਅਰਦਾਸ ਬੇਨਤੀਆਂ ਪ੍ਰਵਾਨ ਕਰੋ ਅੱਖਰ ਵਾਧਾ ਧਰਤਾ ਪੁੱਲ ਚੁੱਕ ਮੁਆਫ ਕਰਨੇ ਸਰਬਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਜਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 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 ਵਾਹਿਗੁਰੂ ਜੀ ਗੁਰਮਾਨ ਗੁਰਮਾਨ ਪੀਣਾ ਗੁੱਸਾ
ਬਾਬਾ ਜੀ ਸ਼ਰਦਾ 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 ਲੈਣਾ ਓਂਕਾਰ ਸਮਰੱਥ ਸਵਾਮੀ ਸੋਕੇ ਮਨ ਵਿਸਾਰੇ ਤਾਇ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸਾਚੇ ਸਾਹਿਬਾ ਕਿਆ ਨਾਮ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜੀ ਦੇ ਸੁਪਾਵੇ ਸਦਾ ਸਿਖ ਸਲਾਹ ਤੇਰੇ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਮ ਕਰ ਤੇਰਾ ਸਾਚਾ ਨਾਮ ਮੇਰਾ ਉਤਾਰੋ ਸੱਚ ਨਾਮ ਉਤਾਰ ਮੇਰਾ ਜਿਨ ਭੁੱਖਾਂ ਸਭ ਵਾਈਆਂ ਤਰਸਾਨ ਸੁਖ ਮਨ ਆਇਆ ਵਸਿਆ ਜਿਨ ਛਾ ਸੁਖ ਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬੇਟਾ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਵਤਰੋ ਪਿਆਰੋ ਸਾਚਾ ਨਾਮ ਮੇਰਾ ਤਾਰੋ ਵਾਜੇ ਪੰਜ ਸਵਤ ਘਰ ਸੁਭਾ ਗਿਆ ਘਰ ਸੁਭਾ ਗਏ ਸੋਦ ਵਾਜੇ ਕੱਲਾ ਜਿਸ ਕਰਤਾਰੀਆ ਪੰਜ ਦੋਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੂੰ ਜਿਨ ਕਰ ਸੇ ਨਾਮ ਹਰ ਕਹਿ ਲਾ ਗਏ ਕਹੇ ਨਾਨਕ ਕਹਿ ਸੁਖ ਹੋਣਹਦ ਵਾਜੇ ਹਨ ਸੁਣੋ ਵਟ ਭਾਗੀ ਹੋ ਸਗਲ ਮਨੋਵਟ ਪੂਰੇ ਪਾਰ ਬ੍ਰਹਮ ਤੁਰ ਪਾਇਆ ਉਪਦੇਸ਼ਾ ਵੀ ਵਸੂਰੇ ਲੋਕ ਰੋਸ਼ਨ ਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰਤੇ ਜਾਣੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਧੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਤਨਾਮ ਜੀ ਵਾਹਿਗੁਰੂ ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜੀ ਜਪੋ ਸਤਨਾਮ ਸ
सतनाम 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 जी वाहे गुरु वाहे गुरु वाहे गुरु जी जपो सतनाम 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 जी वाहे गुरु वाहे गुरु वाहे गुरु सतनाम सतनाम जी वाहे गुरु वाहे वाहेगुरु जी वाहेगुरु जी का खालसा वाहेगुरु जी की फतेह। छको बाबा जी तुम छको पहले है ना वाहेगुरु जी की फतेह भी ले लो फटाफट बस सारे छकांगे मिलके तुम छको स्टार्ट करो तो नाल छको ना तुम हम आ रही मेरी भी आ रही जब अच्छी लग गया मेरी भी ले आ जा फिर बाबा जी हाँ इन्हें च मैं भी ले लाँगा ना तुम छको तो सही दसो कहो जी बनी है सब्जी सब्जी वधिया बनी होनी है ये तो लंगर दे रूप आई है तो वधिया ही बनी होनी हाँ मैं कुछ उन्होंने घर पा दें ना रोज प्रसाद बनया हो नाम श्री वाहेगुरु साहब जी बड़ा बाबा नानक अनेक प्रकार भोजन बहती है बहुत विस्ताय करी पाशाह सोच बहता लाभो करो सतगुरु जी से परिवार बाय प्रसाद प्रदान करो सकन की आज्ञा वशिष करो आप सहायो नानक नाम चढ़ी बुलाओ तेरे पाने ठीक बड़े बाबा जी बहुत बढ़िया।